हेलो सारेयां, सत श्री अकाल। जिवें आप सब नूं पता है कि सिद्धू मूसेवाले भरा दा अज भोग है, ते आपां सब मिल के उहदी आत्मा दी शांति लई अरदास करिए। तां वध तों वध लोग जिथे भी हैगे आ जां जिहड़े पहुंच सकदे आ उह उत्थे पहुंच के अरदास विच शामिल होण, ते जिथे भी जो भी अपने उहनूं चाहुण वाले ने ਉਹਨੂੰ ਜਿੱਥੇ ਵੀ ਆ ਉੱਥੇ ਸਾਰੇ ਜਣੇ ਅਰਦਾਸ ਕਰਨ ਉਹਦੀ ਆਤਮਾ ਦੀ ਸ਼ਾਂਤੀ ਲਈ। ਨਾਲ ਹੀ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਉਸਦੇ ਪਰਿਵਾਰ ਨੂੰ ਬਲ ਬਖਸ਼ਣ ਇਸ ਜੋ ਦੁੱਖ ਦੀ ਘੜੀ ਨੂੰ ਸਹਿਣ ਵਾਸਤੇ। ਤਾਂ ਬਹੁਤ ਕੁਝ ਉਸ ਇਨਸਾਨ ਨੇ ਦੇਖਿਆ ਜ਼ਿੰਦਗੀ 'ਚ, ਸ਼ਾਇਦ ਉਹ ਸਭ ਚੀਜ਼ਾਂ ਨੂੰ ਹੀ ਦੇਖ ਕੇ ਉਹਨੇ ਲਿਖਿਆ। ਪਾਸੀ ਵਾਲੇ ਭਰਾ ਦੇ ਜਿਹੜੇ ਵੀ ਸੌਂਗ ਸੀ, ਸ਼ਾਇਦ ਉਹਨਾਂ ਸ਼ਬਦਾਂ ਤੋਂ ਇੰਝ ਲੱਗਦਾ ਹੈ ਕਿ ਸ਼ਾਇਦ ਉਹ ਆਪਣੀ ਮੌਤ ਨੂੰ ਪਹਿਲਾਂ ਹੀ ਜਾਣਦਾ ਸੀ, ਤਾਂ ਹੀ ਉਹਨੇ ਐਸੇ ਸੌਂਗ ਲਿਖੇ। ਲੋਕਾਂ ਨੂੰ ਹੋ ਸਕਦਾ ਸ਼ੁਰੂ ਸ਼ੁਰੂ 'ਚ ਉਹ ਪਸੰਦ ਨਾ ਆਇਆ ਹੋਵੇ, ਜਾਂ ਉਹਦੀ ਜੋ ਬੇਬਾਕੀ ਸੀ ਗਾਣਿਆਂ ਦੇ ਵਿੱਚ ਉਹ ਪਸੰਦ ਨਾ ਆਈ ਹੋਵੇ, ਪਰ ਹੁਣ ਕਿਤੇ ਨਾ ਕਿਤੇ ਉਹਨੂੰ ਜਦ ਅਸਲੀਅਤ ਪਤਾ ਲੱਗੀ ਤਾਂ ਉਹ ਇਹ ਗਾਣਿਆਂ ਨੂੰ ਪੂਰੀ ਤਰੀਕੇ ਨਾਲ ਉਹਦੀ ਮੌਤ ਨਾਲ ਰਿਲੇਟ ਹੁੰਦੇ ਆ ਪੂਰੇ ਦੇ ਪੂਰੇ ਗਾਣੇ। ਜਿਸ ਤਰ੍ਹਾਂ ਜੇ ਉਹਦਾ ਹੁਣੇ ਨਿਊ ਸੌਂਗ ਆਇਆ ਸੀ, ਤਾਂ ਹੁਣ ਜਦ ਵੀ ਸੁਣਦੇ ਹਾਂ ਤਾਂ ਬਿਲਕੁਲ ਮਨ ਭਰ ਜਾਂਦਾ ਹੈ। ਅਤੇ ਜਿੱਦਣ ਦੀ ਉਹਦੀ ਡੈਥ ਹੋਈ ਆ ਜਾਂ ਜਿੱਦਣ ਡੈਥ ਹੋਈ ਸੀ ਉਦਣ ਪਤਾ ਲੱਗਾ, ਤਾਂ ਮੈਂ ਸ਼ਾਇਦ ਓਪਨ ਕੀਤਾ ਫੋਨ, ਤਾਂ ਉਹਦੇ 'ਚ ਪਹਿਲੀ ਵੀਡੀਓ ਸੀ ਕਿ ਸਿੱਧੂ ਮੂਸੇਵਾਲਾ ਸਾਧਾਂ ਦੀ ਨੀਂਦ ਸੁੱਤਾ ਹੋਸਪਿਟਲ 'ਚ। ਆ ਵੇਖਿਆ ਤਾਂ ਮੈਂ ਕਿਹਾ ਕਿ ਇਹ ਹੋ ਸਕਦਾ ਹੈ ਕਿ ਫੇਕ ਹੋਵੇ ਜਾਂ ਕਿਸੇ ਨੇ ਉੱਦਾਂ ਹੀ ਵਿਊ ਲੈਣ ਲਈ ਇਹ ਵੀਡੀਓ ਪਾ ਦਿੱਤੀ ਹੋਵੇ। ਤਾਂ ਮੈਂ ਜਲਦੀ ਤੋਂ ਜਲਦੀ ਦੂਸਰੇ ਚੈਨਲ ਓਪਨ ਕੀਤੇ, ਫਿਰ ਮੈਂ ਹਿੰਦੀ ਨਿਊਜ਼ ਚੈਨਲ ਓਪਨ ਕੀਤੇ, ਤਾਂ ਮੈਨੂੰ ਪਤਾ ਲੱਗਾ ਕਿ ਹਾਂ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਗਿਆ। ਸੀਰੀਅਸਲੀ ਦੱਸਾਂ ਉਸ ਟਾਈਮ ਬਸ ਦਿਮਾਗ ਕੰਮ ਕਰਨਾ ਹਟ ਗਿਆ ਔਰ ਬਹੁਤ ਦੁੱਖ ਲੱਗਾ, ਬਹੁਤ ਧੱਕਾ ਲੱਗਾ, ਸ਼ਾਇਦ ਪੂਰੀ ਰਾਤ ਸੌਂ ਵੀ ਨਹੀਂ ਪਾਏ ਸੀ। ਅਤੇ ਬਸ ਇਹੀ ਦੇਖਦੇ ਰਹੇ ਕਿ ਕਿਉਂ ਹੋਇਆ ਇਹ ਸਭ, ਇੰਝ ਨਹੀਂ ਹੋਣਾ ਚਾਹੀਦਾ ਸੀ। ਛੋਟੀ ਉਮਰ ਵਿੱਚ ਇੰਨਾ ਨਾਮ ਕਮਾਉਣ ਤੋਂ ਬਾਅਦ ਔਰ ਇੰਨੀ ਸ਼ੋਹਰਤ ਕਿੱਥੇ, ਹੋਲੀਵੁੱਡ ਤੱਕ। ਇੱਥੇ ਵੀ ਕਾਫੀ ਲੋਕਾਂ ਨੇ ਪੁੱਛਿਆ, ਕਾਫੀ ਲੋਕਾਂ ਨੇ ਗੱਲ ਕੀਤੀ ਉਹਦੇ ਬਾਰੇ ਕਿ ਇੱਦਾਂ ਕਿਉਂ ਹੋ ਗਿਆ, ਤੁਹਾਡੀ ਕਮਿਊਨਿਟੀ ਨਾਲ ਰਿਲੇਟ ਕਰਦਾ। ਇੱਕ ਸਭ ਤੋਂ ਵੱਡੀ ਗੱਲ ਕਿ ਆਪਣੀ ਪੱਗ ਨੂੰ ਬਹੁਤ ਇੰਟਰਨੈਸ਼ਨਲ ਲੈਵਲ 'ਤੇ ਲੈ ਗਿਆ ਸੀ, ਜੋ ਇੱਕ ਸਾਡੇ ਲਈ, ਇੱਕ ਪੰਜਾਬੀ ਹੋਣ ਦੇ ਲਈ, ਇੱਕ ਪੰਜਾਬੀ ਹੋਣ 'ਤੇ, ਇੱਕ ਸਿੱਖ ਹੋਣ 'ਤੇ ਇੱਕ ਮਾਣ ਹੈ ਕਿ ਸਾਡੀ ਪੱਗ ਨੂੰ ਕਿੱਥੇ ਤੱਕ ਲੈ ਗਿਆ ਸੀ ਬੰਦਾ। ਅਤੇ ਅੱਜ ਉਹਦੇ ਨਾਲ ਆਪਣੇ ਹੀ ਦੇਸ਼ ਦੇ ਵਿੱਚ ਆਹ ਸਭ ਕੁਝ ਹੋ ਗਿਆ। ਦੂਜੀ ਚੀਜ਼ ਕਿ ਜਿਹੜਾ ਸਾਨੂੰ ਤਾਂ ਘਾਟਾ ਪਿਆ ਹੀ ਪਿਆ, ਦੂਜੀ ਕਿ ਕੋਈ ਇਨਸਾਨ ਨੇ ਕਦੀ ਨਹੀਂ ਮੁੜ ਕੇ ਆਉਣਾ। ਜੋ ਉਹਦੇ ਬੋਲ ਸੀ, ਸ਼ਾਇਦ ਉਹ ਬੋਲਾਂ ਨੂੰ ਹੋਰ ਵੀ ਗਾਂਹ ਲੈ ਜਾ ਸਕਦਾ ਸੀ। ਉਹ ਸ਼ਾਇਦ ਹੁਣ ਵਾਲੇ ਸਮੇਂ ਵਿੱਚ ਸਾਡੇ ਲਈ ਬਹੁਤ ਕੁਝ ਕਰਦਾ, ਜਿਵੇਂ ਉਹਦੇ ਬਹੁਤ ਸਾਰੇ ਗਾਣੇ ਹਾਲੀਵੁੱਡ ਦੇ ਸਿੰਗਰਾਂ ਨਾਲ ਜਾਂ ਰੈਪਰਾਂ ਨਾਲ ਆਉਣ ਵਾਲੇ ਸੀ। ਅਤੇ ਇਸ ਤਰ੍ਹਾਂ ਉਹ ਇਸ ਪੱਗ ਦੇ ਮਾਣ ਨੂੰ ਬਹੁਤ ਅੱਗੇ ਲੈ ਜਾ ਸਕਦਾ ਸੀ, ਅਤੇ ਇੰਨੀ ਛੋਟੀ ਉਮਰ 'ਚ ਉਹਦਾ ਚਲੇ ਜਾਣਾ ਕਿਤੇ ਵੀ ਸਹੀ ਨਹੀਂ ਹੈ, ਕਿਤੇ ਵੀ ਜਸਟੀਫਾਈ ਨਹੀਂ ਹੈ। ਔਰ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ, ਸ਼ਾਇਦ ਇਹ ਸੋਚੋ ਕਿ ਉਹ ਮਾਂ ਬਾਪ ਕਿਸ ਤਰ੍ਹਾਂ ਉਸ ਦੁੱਖ ਨੂੰ ਸਹਿਣ ਕਰ ਰਹੇ ਹੋਣਗੇ। ਅਤੇ ਇਹਨਾਂ ਦੇ ਫਾਦਰ ਸਾਹਿਬ ਨੇ ਲੋਕਾਂ ਦਾ ਸ਼ੁਕਰਾਨਾ ਕਰਨ ਲਈ ਪੱਗ ਲਾਈ। ਮੈਨੂੰ ਨਹੀਂ ਲੱਗਦਾ ਕਿ ਕੋਈ ਸਰਦਾਰ ਹੋਊਗਾ ਜੋ ਉਸ ਮੂਮੈਂਟ ਨੂੰ ਵੇਖ ਕੇ ਰੋਇਆ ਨਹੀਂ ਹੋਊਗਾ। ਇੰਨਾ ਚਿਰ ਤਾਂ ਸਾਨੂੰ ਆਪ ਨੂੰ ਨਹੀਂ ਸਮਝ ਲੱਗਿਆ ਕਿ ਕਿਉਂ ਹੋਇਆ ਇਹ ਸਭ ਕੁਛ। ਬਸ ਇਹੀ ਹੈ ਕਿ ਵਾਹਿਗੁਰੂ ਕੀ ਅਰਦਾਸ ਹੈ ਕਿ ਉਹ ਜਿੱਥੇ ਵੀ ਹੈ, ਜਿੱਥੇ ਵੀ ਹੈ, ਜਾਂ ਉਹ ਤਾਂ
ਸਾਡੇ ਤੇ ਹਮੇਸ਼ਾ ਦਿਲਾਂ ਵਿੱਚ ਰਹਿਣਾ, ਜਿੰਨੇ ਵੀ ਉਹਨੂੰ ਚਾਹਣ ਵਾਲੇ ਆ ਉਹਨਾਂ ਦੇ ਸਾਰਿਆਂ ਦੇ ਦਿਲਾਂ ਵਿੱਚ ਰਹਿਣਾ ਹੈ। ਬਟ ਵਾਹਿਗੁਰੂ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਨੂੰ ਸਹਿਣ ਕਰਨ ਦੀ ਸ਼ਕਤੀ ਦੇਣ, ਅਤੇ ਆਪਾਂ ਜਿੰਨਾ ਹੋ ਸਕੀਏ ਆਪਾਂ ਵੱਧ ਤੋਂ ਵੱਧ ਉਹਨਾਂ ਲਈ ਪ੍ਰੇਅਰ ਕਰੀਏ, ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੀਏ ਜਿੱਥੇ ਵੀ ਉਹ ਹੈਗੇ ਆ। ਮੈਂ ਇੱਥੇ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਿੱਧੂ ਮੂਸੇਵਾਲਿਆਂ ਦੇ ਕਾਤਲਾਂ ਤੱਕ ਪਹੁੰਚਣ ਦੀ ਜਾਂ ਕਾਤਲਾਂ ਨੂੰ ਫੜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇੱਥੇ CCTV ਕੈਮਰੇ ਬਹੁਤ ਇੰਪੋਰਟੈਂਟ ਆ, ਆਪਣੀ ਇੱਕ ਜਿਤਨਾ ਸੋਸਾਇਟੀ ਦੇ ਵਿੱਚ CCTV ਕੈਮਰੇ ਹੋਣੇ ਹੀ ਚਾਹੀਦੇ ਆ, ਤਾਂ ਕਿ ਜੋ ਵੀ ਐਸੀਆਂ ਵਾਰਦਾਤਾਂ ਹੁੰਦੀਆਂ ਹੈ ਉਹਨਾਂ ਦੇ ਬਾਰੇ ਸਹੀ ਤਰੀਕੇ ਨਾਲ ਬੇਨਕਾਬ ਹੋ ਸਕਣ ਜੋ ਵੀ ਕ੍ਰਿਮੀਨਲ ਹੈ। ਅਤੇ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰੂੰਗਾ ਅਤੇ ਤੁਸੀਂ ਵੀ ਇਹੀ ਅਰਦਾਸ ਕਰੋ ਕਿ ਜੋ ਵੀ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲੇ। ਅਤੇ ਹੁਣ ਉਹ ਭਰਾ ਨੇ ਤਾਂ ਵਾਪਸ ਆਉਣਾ ਨਹੀਂ, ਇਹ ਤਾਂ ਸਭ ਨੂੰ ਪਤਾ ਹੈ, ਪਰ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿਉਂਦਾ ਰਹਿਣਾ ਹੈ। ਅਤੇ ਹਿੰਦੀ ਨਿਊਜ਼ ਚੈਨਲ ਆ ਉਹਨਾਂ ਨੇ ਵੀ ਇਸ ਨਿਊਜ਼ ਨੂੰ ਲਾ ਕੇ ਰੱਖਿਆ, ਤਾਂ ਕਿ ਸਰਕਾਰ ਉੱਤੇ ਪ੍ਰੈਸ਼ਰ ਆਇਆ, ਪੁਲਿਸ ਉੱਤੇ ਪ੍ਰੈਸ਼ਰ ਆਇਆ, ਸ਼ਾਇਦ ਜੇ ਸਭ ਲੋਕ ਨਾ ਉਹਨੂੰ ਵਾਇਰਲ ਕਰਦੇ ਨਾ ਉਸ ਬਾਰੇ ਗੱਲ ਕਰਦੇ ਤਾਂ ਸਰਕਾਰ ਉੱਤੇ ਇੰਨਾ ਪ੍ਰੈਸ਼ਰ ਨਹੀਂ ਆਉਣਾ ਸੀ, ਪੁਲਿਸ ਉੱਤੇ ਇੰਨਾ ਪ੍ਰੈਸ਼ਰ ਨਹੀਂ ਆਉਣਾ ਸੀ, ਤਾਂ ਸ਼ਾਇਦ ਪੁਲਿਸ ਉਹਨਾਂ ਕ੍ਰਿਮੀਨਲਾਂ ਤੱਕ ਪਹੁੰਚ ਵੀ ਗਈ ਹੋਵੇ। ਬਟ ਕੁਛ ਚੀਜ਼ਾਂ ਸੀਕ੍ਰੇਟ ਰੱਖੀਆਂ ਜਾਂਦੀਆਂ ਹੈ ਪੁਲਿਸ ਦੇ ਦੁਆਰਾ ਵੀ, ਤਾਂ ਕਿ ਜ਼ਿਆਦਾ ਛੇਤੀ ਤੋਂ ਛੇਤੀ ਕ੍ਰਿਮੀਨਲਾਂ ਨੂੰ ਫੜ ਸਕਣ। ਪਰ ਚਲੋ ਜੋ ਵੀ ਹੋਇਆ ਬਹੁਤ ਮਾੜਾ ਹੋਇਆ, ਵਾਹਿਗੁਰੂ ਕਿਸੇ ਦੇ ਨਾਲ ਨਾ ਕਰੇ। ਔਰ ਇਸ ਇੰਨੀ ਕੁ ਉਮਰ ਦੇ ਵਿੱਚ ਇੰਨਾ ਸ਼ੋਹਰਤ ਇੰਨਾ ਨਾਮ ਕਮਾ ਕੇ ਬਾਲੀਵੁੱਡ ਹੀ ਨਹੀਂ ਹਾਲੀਵੁੱਡ ਤੱਕ ਇਨਸਾਨ ਪਹੁੰਚ ਗਿਆ ਪੱਗ ਦੇ ਨਾਲ ਉਹ ਵੀ, ਅਤੇ ਬਹੁਤ ਜ਼ਿਆਦਾ ਦੁੱਖ ਲੱਗਾ ਜਦੋਂ ਵੀ ਆ ਖਬਰ ਸੁਣੀ। ਉਸ ਵਾਹਿਗੁਰੂ ਅੱਗੇ ਆ ਕਿ ਉਹ ਜਿੱਥੇ ਕਿੱਥੇ ਵੀ ਆ ਉਹਦੀ ਆਤਮਾ ਨੂੰ ਸ਼ਾਂਤੀ ਦੇਣ, ਤਾਂ ਹੋ ਸਕੇ ਤੁਸੀਂ ਵੀ ਅੱਜ ਵੱਧ ਤੋਂ ਵੱਧ ਜਿੰਨਾ ਹੋ ਸਕੇ ਵੱਧ ਤੋਂ ਵੱਧ ਉਸ ਇਨਸਾਨ ਲਈ ਉਸ ਮਾਂ ਦੇ ਇਕੱਲੇ ਇਕੱਲੇ ਪੁੱਤ ਲਈ ਅਰਦਾਸ ਕਰੋ, ਤਾਂ ਕਿ ਜਿੱਥੇ ਕਿਤੇ ਵੀ ਹੋਵੇ ਖੁਸ਼ ਰਹੇ, ਉਹਦੀ ਆਤਮਾ ਨੂੰ ਸ਼ਾਂਤੀ ਮਿਲੇ, ਔਰ ਕਿ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਸ਼ਕਤੀ ਬਖਸ਼ਣ। ਸ਼ਾਇਦ ਇਹ ਘਾਟਾ ਉਹਨਾਂ ਲਈ ਕਦੀ ਜ਼ਿੰਦਗੀ 'ਚ ਪੂਰਾ ਨਹੀਂ ਹੋਣਾ, ਪਰ ਫਿਰ ਵੀ ਵਾਹਿਗੁਰੂ ਅੱਗੇ ਅਰਦਾਸ ਕਰਿਓ, ਔਰ ਜਿੰਨਾ ਹੋ ਸਕੇ ਅੱਜ ਤੁਸੀਂ ਜਿੱਥੇ ਵੀ ਹੋ ਜਿੱਥੇ ਕਿਤੇ ਵੀ ਹੋ ਦੁਨੀਆ ਦੇ ਵਿੱਚ ਉਸ ਇਨਸਾਨ ਲਈ ਇੱਕ ਵਾਰੀ ਦਿਨ ਦੇ ਵਿੱਚ ਅਰਦਾਸ ਜ਼ਰੂਰ ਕਰਿਓ ਉਹਦੀ ਆਤਮਾ ਲਈ, ਜਿਹੜੇ ਪਹੁੰਚ ਸਕਦੇ ਨੇ ਅੱਜ ਉਹਦੇ ਘਰ ਉਹਦੇ ਭੋਗ 'ਤੇ ਉਹਦੇ ਘਰ ਪਹੁੰਚਣ, ਅਤੇ ਸ਼ਾਇਦ ਇਹ ਸਾਡੀ ਸੱਚੀ ਜਿਹੜੀ ਆਖਰੀ ਅਰਦਾਸ ਆ।